ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਰਾਏਸ਼ ਮਿਲਰਜ਼ ਐਸੋਸੀਏਸ਼ਨ ਨਾਲ ਅਹਿਮ ਮੀਟਿੰਗ ਕੀਤੀ ਔਰ ਕਈ ਵੱਡੇ ਫੈਸਲੇ ਲਿੱਤੇ ਗਏ ਨੇ ਔਰ ਸੱਨਾਲਾ ਸਵਰੇ ਪੰਜਾਬ ਦੇ ਫੂਡ ਐਂਡ ਸਪਲਾਈ ਮੰਤਰੀ ਨੇ ਲਾਲਜਨ ਗਿੱਤਾਰੂਚਕ ਜੀ ਮੰਤਰੀ ਸਾਹਿਬ ਸਵਾਗਤ ਹੈ ਜੀ ਜੀ ਮਿਹਰਬਾਨ ਸਭ ਵੱਡੇ ਫੈਸਲੇ ਜਿਹੜੇ ਨੇ ਅੱਜ ਲਏ ਗਏ ਨੇ ਸੋਸ਼ੀਅਲ ਮੀਟਿੰਗ ਚ ਕਿਸ ਤਰ੍ਹਾਂ ਦੀ ਚਰਚਾ ਹੋਈ ਕਿਸ ਤਰ੍ਹਾਂ ਦੇ ਫੈਸਲੇ ਲਿੱਤੇ ਗਏ ਅ ਅੱਜ ਵਾਕਈ ਸਾਬਲੀ ਬੜਾ ਇੱਕ ਭਾਗਾ ਭਰ ਦੇਣਾ ਕਿ ਪੰਜਾਬ ਦੇ ਅੰਦਰ ਪੈੜੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਔਰ ਉਹਦੇ ਨਾਲ ਜੁੜੀਆਂ ਜਿੰਨੀਆਂ ਵੀ ਧਿਰਾਂ ਨੇ ਹੁਣ ਸਾਰੀਆਂ ਧਿਰਾਂ ਦੇ ਮਨਾਂ 'ਚ ਇੱਕ ਚਿੰਤਾ ਸਿਗੀ ਕਿ ਪੰਜਾਬ ਦੇ ਵਿੱਚ ਅ ਅਨ ਰੱਖਣ ਨੂੰ ਥਾਂ ਨਹੀਂ ਹੈ ਸੋ ਜਿਹੜਾ ਅਨਾਜ ਆ ਰਿਹਾ ਹੁਣ ਜਿਹੜਾ ਅਸੀਂ ਪੈਦਾ ਕੀਤਾ ਕਿਸਾਨਾਂ ਨੇ ਉਹਦੀ ਮੰਡੀ ਦੇ ਵਿੱਚ ਚੱਕਣਾ ਤੇ ਚੱਕਣ ਤੋਂ ਬਾਅਦ ਉਹਦੀ ਮਿਲੰਗ ਤੇ ਜਿਹੜਾ ਉਹ 125 ਲੱਖ ਮੀਟਰ ਟਨ ਚਾਵਲ ਵਰਨਾ ਉਹ ਰੱਖਣਾ ਕਿੱਥੇ ਆ ਇਹ ਇੱਕ ਚਿੰਤਾ ਸੀਗੀ ਮਿਲਰਜ਼ ਦੇ ਅੰਦਰ ਵੀ ਆਰਟੀਆਂ ਦੇ ਅੰਦਰ ਵੀ ਸੋ ਬੇਸਿਕਲੀ ਕਾਫੀ ਲੰਬੇ ਦਿਨਾਂ ਕਾਫੀ ਲੰਬੇ ਸਮੇਂ ਤੋਂ 15 18 ਦਿਨ ਤੋਂ ਇਹ ਤੇ ਉਹਨਾਂ ਨਾਲ ਮੀਟਿੰਗਾਂ ਚੱਲ ਰਹੀਆਂ ਸਨ ਚਰਚਾ ਹੋ ਰਹੀ ਸੀਗੀ ਔਰ ਅੱਜ ਮਾਨਜੁਗ ਮੁੱਖ ਮੰਤਰੀ ਜੀ ਦੀ ਗਵਾਹੀ ਦੇ ਵਿੱਚ ਉਹਨਾਂ ਦੇ ਰੈ residense ਤੇ ਮੀਟਿੰਗ ਹੋਈ ਆ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮਿਲਰਜ਼ ਨੇ तमाम ਮੰਗਾ ਰੱਖਣ ਤੋਂ ਬਾਅਦ ਇੱਕ ਸੀਐਮ ਸਾਹਿਬ ਤੋਂ ਭਰੋਸਾ ਉਹਨਾਂ ਨੇ ਮੰਗਿਆ ਕਿ ਤੁਸੀਂ ਸਾਡੀ ਪਿੱਠ ਤੇ ਖੜੋ ਸਾਡਾ ਸਾਨੂੰ ਮਤਲਬ ਜਿਹੜੀ ਮੰਗਾਂ ਨੇ ਸਾਡੀਆਂ ਉਹ ਕੇਂਦਰ ਤੱਕ ਪੁੱਜਣ ਤੇ ਤਾਂ ਜੋ ਸਾਡੇ ਜਿਹੜੇ ਆਰਥਿਕ ਸਾਡੇ ਨੁਕਸਾਨ ਨੇ ਉਹਨਾਂ ਦੇ ਪਰਪਾਈ ਕੀਤੀ ਜਾ ਸਕੇ ਸੋ ਮੁੱਖ ਮੰਤਰੀ ਜੀ ਨੇ ਬੜੇ ਸਪਸ਼ਟ ਹੋਰ ਫਰਾਗ ਦੇਣਾ ਕਿਹਾ ਵੀ ਜਿੱਥੇ ਕਿਤੇ ਵੀ ਤੁਹਾਡੀਆਂ ਨੇ ਮੰਗਾਂ ਲਈ ਜਾਣ ਦੀ ਲੋੜ ਪੈਗੀ ਮੈਂ ਫਿਜ਼ੀਕਲੀ ਵੀ ਜਾਵਾਂਗਾ ਔਰ ਹਰ ਲੈਵਲ ਤੇ ਮਤਲਬ ਤੁਹਾਡੀਆਂ ਮੰਗਾਂ ਜਿੱਥੇ ਪ੍ਰਵਾਨ ਹੋਣੀਆਂ ਨੇ ਮੈਂ ਥੰਮ ਬਣ ਕੇ ਖੜਾਂਗਾ ਉੱਥੇ ਸੋ ਅੱਜ ਇਸ ਸਵਾਸਨ ਤੋਂ ਬਾਅਦ ਮਿਲਰਜ਼ ਨੇ ਮਤਲਬ ਜਿਹੜਾ ਆ ਉਹ ਐਲਾਨ ਕੀਤਾ ਕਿ ਅਸੀਂ ਮੰਗਲਵਾਰ ਤੋਂ ਮੰਡੀ ਦੇ ਵਿੱਚੋਂ ਜਿਹੜਾ ਉਹ ਪੈੜੀ ਚੱਕਾਂਗੇ ਔਰ ਮੈਨੂੰ ਲੱਗਦਾ ਹੈ ਕਿ ਕਿਉਂਕਿ ਪੰਜਾਬ ਦੇ ਅੰਦਰ ਇੱਕ ਜਿਹੜੀ ਚਿੰਤਾ ਸੀਗੀ ਕਿਸਾਨਾਂ ਦੇ ਅੰਦਰ ਜ਼ਾੜਤੀਆਂ ਦੇ ਅੰਦਰ ਜਾਂ ਹੋਰ ਇਸ ਸੀਜ਼ਨ ਨਾਲ ਜੁੜੇ ਫੈਕਲਟੀਆਂ ਦੇ ਵਿੱਚ ਉਹ ਹੁਣ ਦੂਰ ਹੋ ਗਈ ਹੈ ਤੇ ਮੰਗਲਵਾਰ ਤੋਂ ਕੰਮ ਤੇ ਉਹ ਆਪਣਾ ਸਟਾਰਟ ਕਰਨਗੇ ਇੱਕ ਹੋਰ ਵੱਡਾ ਫੈਸਲਾ ਲਿੱਤਾ ਗਿਆ ਸੀਐਮਰ ਜਿਹੜੀ 175 ਤੱਕ ਡਾ ਕੇ ਸਿੱਧੀ 10 ਰੁਪਏ ਕਰਤੀ ਗਏ ਕਿੰਨਾ ਫਾਇਦਾ ਮਿਲਜ਼ ਨੂੰ ਹੋਏਗਾ ਦੇ ਨਾਲ ਹਾਂ ਬਿਲਕੁਲ ਇਹ ਉਹਨਾਂ ਨੂੰ ਵੱਡਾ ਆਰਥਿਕ ਲਾਭ ਮਿਲਣਾ ਇਸ ਗੱਲ ਦੇ ਨਾਲ ਕਿਉਂਕਿ ਉਹਨਾਂ ਦੀ ਮੰਗ ਇਹ ਸੀਗੀ ਵੀ ਸਾਡਾ ਦੇ ਨਾਲ ਕਾਫੀ ਆਰਥਿਕ ਨੁਕਸਾਨ ਹੁੰਦਾ ਸੋ ਬੜਾ ਮੈਂ ਸਮਝਦਾ ਵੀ ਲਗਭਗ ਕਲੀਅਰ ਹੀ ਹੋ ਗਈ ਹੁਣ 10 ਰੁਪਏ ਤਾਂ ਹੈ ਹੀ ਕੁਝ ਨਹੀਂ ਸੋ ਇਹਦੇ ਨਾਲ ਵੀ ਉਹਨਾਂ ਨੂੰ ਕਰੋੜਾਂ ਰੁਪਈਆਂ ਦਾ ਜਿਹੜਾ ਉਹਨਾਂ ਦਾ ਬੇਅਰ ਹੁੰਦਾ ਸੀਗਾ ਤੇ ਉਹਨਾਂ ਦੇ ਮਲ ਵਾਪਸ ਨੂੰ ਰਿਟਰਨ ਹੋਏਗਾ ਸੋ ਇਹਦੇ ਨਾਲ ਨਾਲ ਜਿਹੜੀਆਂ ਸਿਕਉਰਟੀਆਂ ਪਿਛਲੇ 5 7 8 ਸਾਲਾਂ ਤੋਂ ਉਹਨਾਂ ਦੀਆਂ ਡਿਪਾਰਟਮੈਂਟ ਵਾਲੋ ਪਈਆਂ ਸੀਗੀਆਂ ਪਿਛਲੀਆਂ ਸਰਕਾਰਾਂ ਦੇ ਵੇਲੇ ਤੋਂ ਉਹਨਾਂ ਨੂੰ ਵੀ ਹੁਣ 1 ਸਾਲ ਦੀ ਕਰਦੇ ਵੀ 1 ਸਾਲ ਦੀ ਸਕੋਟੀ ਥੱਲੇ ਰਹੂਗੀ ਬਾਕੀ ਸਕੋਟੀਆਂ ਤੁਹਾਡੀਆਂ ਰੀਲੀਜ਼ ਅਸੀਂ ਕਰ ਦੇਵਾਂਗੇ ਸੋ ਜਿਹੜੇ ਮਾਈਨਰਸ ਇਸ਼ੂ ਸੀਗੇ ਪੰਜਾਬ ਨਾਲ ਇਹ ਵੈਸੇ ਆਲਰੇਡੀ ਅਸੀਂ ਉਹਨਾਂ ਨੂੰ ਤੈਅ ਕਰ ਚੁੱਕੇ ਹਾਂ ਅੱਜ ਮੁੱਖ ਮੰਗ ਉਹਨਾਂ ਦੀ ਇਹ ਸੀਗੀ ਵੀ ਸੀਐਮ ਸਾਹਿਬ ਸਾਨੂੰ ਆ ਸੁਵਾਰਚਨ ਦੇਣ ਤਾਂ ਜੋ ਸਾਡੀ ਮੰਗ ਜਿਹੜੀ ਉਹ ਕੇਂਦਰ ਤੱਕ ਪਹੁੰਚ ਰੂਚ ਰੱਖੀ ਜਾਵੇ ਸੋ ਉਹ ਅੱਜ ਸੀਐਮ ਸਾਹਿਬ ਨੇ ਉਹਨਾਂ ਨੂੰ ਪ੍ਰੋਸਤ ਦਵਾਇਆ ਔਰ ਇਸ ਪ੍ਰੋਸੈਸ ਦਿਵਾਦੀ ਅੱਜ ਜੁਣਾ ਨੇ ਮੰਗਲਵਾਰ ਤੋਂ ਪੈਡੀ ਦੀ ਸਕੀ ਸੁਰੂ ਕਰਨ ਦਾ ਫੈਸਲਾ ਕੀਤਾ ਸਟੋਰੇਜ ਦੀ ਬਹੁਤ ਵੱਡੀ ਕਿਤਨੇ ਕਿਤੇ ਪ੍ਰੋਬਲਮ ਆ ਰਹੀ ਸੀ ਸਟੋਰੇਜ ਨੂੰ ਲੈ ਕੇ ਕਿਉਂਕਿ ਪਹਿਲਾਂ ਲੈਟਰ ਵੀ ਲਿਖਿਆ ਗਿਆ ਕੇਂਦਰ ਸਰਕਾਰ ਨੂੰ ਔਰ ਕਿਸ ਤਰ੍ਹਾਂ ਦਾ ਰਿਟਰਨ ਅਸ਼ਵਾਸਨ ਜਿਹੜਾ ਹੈ ਐਫਸੀਆਈ ਵੱਲੋਂ ਦਿੱਤਾ ਗਿਆ ਹਾਂ ਮੈਂ ਮੈਂ ਪਰਸੋਂ ਵੀ ਸੋਰੀ ਕੱਲ ਵੀ ਜਿਹੜਾ ਐਫਸੀਆਈ ਦਾ ਲੈਟਰ ਆ ਉਹ ਤੁਹਾਡੇ ਚੈਨਲ ਦੇ ਮਾਦੀਮ ਇਬਰਾਹਿਮ ਮੱਲਬ ਜਿਹੜਾ ਜਾਰੀ ਕੀਤਾ ਸੀਗਾ ਐਫਸੀਏ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੈ ਲਿਖਤੀ ਤੌਰ ਤੇ ਕਿ ਅਕਤੂਬਰ ਦੇ ਅੰਦਰ ਅਸੀਂ 20 ਜਿਹੜੀਆਂ ਉਹ ਮੇਲ ਨੇ ਰੇਲ ਗੱਡੀਆਂ ਉਹ ਪੰਜਾਬ ਚੋਂ ਮੂਵ ਕਰਾਂਗੇ ਔਰ ਅਪ ਟੂ ਦਸੰਬਰ 40 ਲੱਖ ਮੀਟ੍ਰਿਕ ਟਨ ਜਿਹੜਾ ਨਾਜ ਪੰਜਾਬ ਚੋਂ ਚੱਕਾਂਗੇ ਸੋ ਜਨਵਰੀ ਮੱਲਬ 25 ਤੋਂ ਲੈ ਕੇ ਮਾਰਚ 25 ਤੱਕ ਅਸੀਂ 50 ਲੱਖ ਮੀਟ੍ਰਿਕ ਟਨ ਜਿਹੜਾ ਹੋਰ ਨਾਜ ਪੰਜਾਬ ਦੇ ਵਿੱਚੋਂ ਚੱਕ ਕੇ ਬਾਰ ਸਿਫਟ ਕਰਾਂਗੇ ਸੋ ਟੋਟਲ ਹ ਹੁਣ ਤੋਂ ਲੈ ਕੇ ਤੇ ਮਾਰਚ 25 ਤੱਕ 90 ਲੱਖ ਮੀਟਿਕ ਟਨ ਜਿਹੜਾ ਨਾਜ਼ ਪੰਜਾਬ ਦੇ ਵਿੱਚ ਉਹਨਾਂ ਨੇ ਸ਼ਿਫਟ ਕਰਨਾ ਸੋ ਇਹਦੇ ਨਾਲ ਨਾਲ ਹੋਰ ਵੀ ਛੋਟੇ ਛੋਟੇ ਬਦਲ ਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਾਡੇ ਪੀਪੀ ਮਾਡਲ ਤੇ ਗਡਾਉਣ ਮੰਨ ਰਹੇ ਆ 9 ਲੱਖ ਮੀਟਿਕ ਟਨ ਦੀ ਉਹਨਾਂ ਦੀ ਵੀ ਕਪੈਸਿਟੀ ਹੈਗੀ ਹੈ ਲਗਭਗ ਉਹ ਵੀ ਮਾਰਚ ਦੇ ਵਿੱਚ ਜਿਹੜੇ ਕੰਪਲੀਟ ਹੋ ਜਾਣੇ ਆ ਸੋ ਜਿੱਦਾਂ ਬੇਰ ਹੋਸ ਤੇ ਸਾਡੇ ਕੋ ਗਡਾਉਣ ਆ ਉਨ੍ਹਾਂ ਦੇ ਵਿੱਚ ਹੁਣ ਤੱਕ ਬੀਟ ਹੀ ਰੱਖੀ ਜਾਂਦੀ ਰਹੀ ਆ ਇਹ ਵੀ ਇੱਕ ਸਹਿਮਤੀ ਬਣੀ ਹੈ ਵੀ ਉਹਨੂੰ ਖਾਲੀ ਕਰਕੇ ਫਰਵਰੀ ਮਾਰਚ ਦੇ ਅੰਦਰ ਤਾਂ ਉਹ ਟੋਟਲ ਰਾਈਸ ਲਈ ਜਿਹੜਾ ਉਹ ਮਲਕ ਜਿਹੜੇ ਆ ਮਲ ਰੱਖੇ ਜਾਣਗੇ ਸੋ ਵਜ਼ਮੇ ਜਿਹੜੇ ਯਤਨ ਵਕ ਵਕ ਬਦਲਾਂ ਦੇ ਰੂਪ ਦੇ ਵਿੱਚ ਉਹ ਮਲ ਸਪੇਸ ਨੂੰ ਬਣਾਉਣ ਲਈ ਕੀਤੇ ਗਏ ਆ ਸੋ ਮੈਨੂੰ ਲੱਗਦਾ ਕਿ ਉਸ ਸਮੱਸਿਆ ਹੁਣ ਹੈ ਨਹੀਂ ਸਪੇਸ ਦੀ ਕਿਉਂਕਿ ਚੋਨੇ ਦਾ ਜਿਹੜੀ ਅਰਾਈਵਲ ਹੈ ਸ਼ੁਰੂ ਹੋ ਚੁੱਕੀ ਮੰਡੀਆਂ 'ਚ ਖਰੀਦ ਵੀ ਸ਼ੁਰੂ ਹੋ ਚੁੱਕੀ ਹੈ ਕਿਸੇ ਤਰ੍ਹਾਂ ਦੀਆਂ ਦਿੱਕਤਾਂ ਦਰਪੇਸ਼ ਨਾ ਆਣ ਕਿਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਨੇ ਬਹੁਤ ਸ਼ਾਨਦਾਰ ਇੰਤਜ਼ਾਮ ਨੇ ਮਾਨਜੋਗ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨਜੇ ਦੀ ਗਵਾਈ ਚ ਲਗਾਤਾਰ ਇਸ ਗੱਲ ਦੇ ਉੱਤੇ ਪਿਆਰਾ ਦਿੱਤਾ ਜਾ ਰਿਹਾ ਵੀ ਕਿਸਾਨ ਨੂੰ ਮੰਡੀ ਦੇ ਅੰਦਰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਮਜ਼ਦੂਰ ਨੂੰ ਦਿੱਕਤ ਨਾ ਆਵੇ ਸੋ ਉਹਦੇ ਲਈ ਜਿਹੜੀਆਂ ਵੀ ਲੋੜਿੰਦੀਆਂ ਮਤਲਬ ਸਾਡੀਆਂ ਲੋੜਾਂ ਨੇ ਉਹ ਚਾਹੇ ਸੀਸੀਐਲ ਦੀ ਹੈ ਚਾਹੇ ਸਾਡੀ ਉਹ ਬਾਹਰਦਾਨੇ ਦੀ ਹੈ ਸੋ ਸਾਰੀਆਂ ਕੰਪਲੀਟ ਕਰ ਲਈਆਂ ਗਈਆਂ ਨੇ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 30000 ਮੀਟਿਕ ਜਿਹੜਾ ਉਹ ਆ ਗਿਆ ਅਨਾਜ ਚੋਹਾਨਾ ਸੋ ਉਹਦੇ ਵਿੱਚੋਂ ਅਸੀਂ 8800 ਮੀਟਿਕ ਟਨ ਖਰੀਦ ਚੁੱਕੇ ਹਾਂ ਔਰ 18 ਕਰੋੜ ਰੁਪਈਆ ਜਿਹੜਾ ਉਹ ਕਿਸਾਨਾਂ ਦੇ ਖਾਤਿਆਂ ਚ ਵੀ ਅਸੀਂ ਰੀਲੀਜ਼ ਕਰ ਦਿੱਤਾ ਸੋ ਮੋٹے ਤੌਰ ਤੇ ਕਿਉਂਕਿ ਸੀਜ਼ਨ 9-10 ਅਕਤੂਬਰ ਤੋਂ ਹਰ ਸਾਲ ਸ਼ੁਰੂ ਹੁੰਦਾ ਸੋ ਕਲਾਈਮੇਟ ਚੇਂਜ ਹੋ ਰਿਹਾ ਹੈ ਕਿਹ ਤਰ੍ਹਾਂ ਦਾ ਮਤਲਬ ਫਸਲ ਤੇ ਅਸਰ ਹੈ ਸੋ ਕੋਈ ਦਿੱਕਤ ਨਹੀਂ ਆਏਗੀ ਪੂਰੇ ਇਂਤਜ਼ਾਮ ਨੇ ਮੰਡੀ ਦੇ ਅੰਦਰ 18 ਕਰੋੜ ਦੀ ਪੇਮੈਂਟ ਵੀ ਤੁਸੀਂ ਕਰ ਚੁੱਕੇ ਹੋ ਕਿ ਇਸ ਵਾਰੀ ਟਾਰਗੇਟ ਕੀ ਰੱਖਿਆ ਗਿਆ ਹੈ ਚੰਗ ਦੀਆ ਹਾਂ ਬਿਲਕੁਲ ਇਸ ਵਾਰ ਸਾਨੂੰ ਕੇਂਦਰੀ ਪੂਲ ਦੇ ਅੰਦਰ ਜੋ ਭਾਰ ਸਰਕਾਰ ਨੇ 185 ਲੱਖ ਮੀਟਰ ਟੰਡਾ ਟਾਰਗੇਟ ਦਿੱਤਾ ਸੋ ਅਸੀਂ 190 ਲੱਖ ਮੀਟਰ ਟੰਡਾ ਇੰਤਜ਼ਾਮ ਕੀਤੇ ਸੋ ਉਹ ਟਾਰਗੇਟ ਪੂਰੇ ਕਰਾਂਗੇ ਅਸੀਂ ਬਹੁਤ ਬਹੁਤ ਧੰਨਵਾਦ ਸੋ ਟਾਰਗੇਟ ਜਿਹੜੇ ਨੇ ਪੂਰੇ ਕੀਤੇ ਜਾਣਗੇ ਨਾਲ ਨਾਲ ਰਾਜ ਸਮਿਲਰ ਐਸੋਸੀਏਸ਼ਨ ਜਿਹੜੀ ਮੀਟਿੰਗ ਹੋਈ ਹੈ ਵੱਡੇ ਫੈਸਲੇ ਜਿਹੜੇ ਸੀ ਐਮ ਭਗਵੰਤ ਸਿੰਘ ਮਾਨ ਵੱਲੋਂ ਲਏ ਦਿੱਤੇ ਗਏ ਨੇ ਕੈਮਰਮੈਨ ਹਰਜਿੰਦਰ ਸਿੰਘ ਨਾਲ ਦੀਪਕ ਸ਼ਰਮਾ ਐਮ ਐਚਓ ਨਿਊਜ਼ ਚੰਡੀਗੜ੍ਹ